ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਸਾਰੇ ਜੁੜ ਕੇ ਬੈਠੇ ਹਾਂ ਜੀ ਆਪਣੇ ਇੱਕੋ ਸਿੱਖ ਦੇ ਦਫ਼ਤਰ ਦੇ ਵਿੱਚ ਅਤੇ ਅਸੀਂ ਅੱਜ ਇੱਕ ਵਿਉਂਤ ਬਣਾਈ ਹੈ ਕਿ ਸਿੱਖ ਵਾਤਾਵਰਨ ਦਿਵਸ ਨੂੰ ਸਰਲ ਤਰੀਕੇ ਦੇ ਨਾਲ ਕਿਸ ਤਰ੍ਹਾਂ ਅਸੀਂ ਮਨਾ ਸਕਦੇ ਹਾਂ ਇਸ ਲਈ ਅਸੀਂ ਜੋ ਵਿਉਂਤ ਸਾਡੀ ਬਣੀ ਹੈ ਉਸ ਦੇ ਵਿੱਚ ਅਸੀਂ ਆਪਣੇ ਗੁਰੂ ਘਰਾਂ ਦੀ ਸਫਾਈ ਕਰੀਏ ਆਪਣੇ ਚੁਗਿਰਦੇ ਨੂੰ ਸਾਫ਼ ਕਰੀਏ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਸਾਖੀਆਂ ਪੜ੍ਹੀਏ ਔਰ ਨਾਲ ਦੀ ਨਾਲ ਆਪਣੇ ਘਰਾਂ ਦੇ ਵਿੱਚ ਵੀ ਇਹਨੂੰ ਉਜਵਲ ਕਰੀਏ ਕਥਾ ਕੀਰਤਨ ਕਰੀਏ ਵਾਤਾਵਰਨ ਨਾਲ ਜੁੜੀਏ ਅਤੇ ਵਾਤਾਵਰਨ ਦੀ ਸੰਭਾਲ ਲਈ ਜੋ ਛੋਟੇ ਤੋਂ ਛੋਟਾ ਕਦਮ ਅਸੀਂ ਚੁੱਕ ਸਕਦੇ ਹਾਂ ਤਾਂ ਕਿ ਸਾਡੇ ਨਾਲਦਿਆਂ ਨੂੰ ਵੀ ਇਹਦਾ ਪਤਾ ਲੱਗੇ ਔਰ ਉਹ ਵੀ ਸਾਡੇ ਨਾਲ ਜੁੜਨ ਅਤੇ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਵਾਤਾਵਰਨ ਦਾ ਸੰਦੇਸ਼ ਘਰੋ ਘਰ ਦੇ ਵਿੱਚ ਪਹੁੰਚਾਈਏ ਆਓ ਅਸੀਂ ਸਾਰੇ ਮਿਲ ਕੇ ਇਸ ਚੀਜ਼ ਨੂੰ ਅੱਗੇ ਤੋਰੀਏ ਅਤੇ ਪ੍ਰਣ ਕਰੀਏ ਕਿ ਅਸੀਂ 14 ਮਾਰਚ ਦਾ ਸਿੱਖ ਵਾਤਾਵਰਨ ਦਿਵਸ ਰਲ ਮਿਲ ਕੇ ਪੂਰੇ ਉਤਸ਼ਾਹ ਦੇ ਨਾਲ ਜ਼ਰੂਰ ਮਨਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ